ਸੋ تشਰੀ ਗੱਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ 13 14 ਤੇ 15 ਦਸੰਬਰ ਦੀ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਮੌਸਮੀ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ ਅੱਜ ਦੀ ਇਹਦੇ ਵਿੱਚ ਮੌਸਮ ਲਗਭਗ ਬੱਦਲਬਈ ਰਹੇ ਤਾਂ ਕੋਈ ਵੀ ਸਿਸਟਮ ਆ ਜਿਹੜਾ ਫਿਲਹਾਲ ਆਉਂਦਾ ਹੋਇਆ ਨਹੀਂ ਜਾਪ ਰਿਹਾ ਜਿਸ ਦੇ ਚੱਲਦੇ ਮੌਸਮ ਪੰਜਾਬ ਦਾ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਹੀ ਅੱਜ ਬਣਿਆ ਰਹੂਗਾ 13 ਦਸੰਬਰ ਨੂੰ ਹਵਾਵਾਂ ਦੀ ਗਤੀ ਕਰਕੇ ਤਾਂ ਹਵਾਵਾਂ ਅੱਜ ਥੋੜੀ ਜਿਹੀ ਦਰਮਿਆਨੇ ਤੋਂ ਹਲਕੀ ਤੇਜ਼ ਗਤੀ ਤੇ ਰਹਿਣਗੀਆਂ ਕੱਲ ਦੇ ਮੁਕਾਬਲੇ ਜਿਵੇਂ ਕਿ ਕੱਲ ਵੀ ਥੋੜੀਆਂ ਹਲਕੀਆਂ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਨੇ ਪੱਛਮ ਦਿਸ਼ਾ ਤੋਂ ਤਾਂ ਉਸੇ ਤਰ੍ਹਾਂ ਅੱਜ ਥੋੜਾ ਬਹੁਤ ਹਲਕਾ ਫੁਲਕਾ ਕੁਝ ਹਿੱਸਿਆਂ ਵਿੱਚ ਗਤੀ ਵਿੱਚ ਥੋੜਾ ਜਿਹਾ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ ਹਵਾਵਾਂ ਦੇ ਵਿੱਚ ਸੋ ਇਹਨਾਂ ਠੰਡੀਆਂ ਹਵਾਵਾਂ ਦੇ ਚੱਲਦੇ ਕੁਝ ਟੈਂਪਰੇਚਰ ਦੇ ਵਿੱਚ ਹਲਕੀ ਫੁਲਕੀ ਗਰਾਵਟ ਆਵੇਗੀ ਸਰਦੀ ਦਾ ਜਿਹੜਾ ਜੋਰ ਹੈ ਹਲਕਾ ਜਿਹਾ ਵਧੇਗਾ ਟੈਂਪਰੇਚਰ ਦਿਨ ਦਾ ਲਗਭਗ 20 ਤੋਂ 22 ਡਿਗਰੀ ਦੇ ਆਸ-ਪਾਸ ਰਹੇਗਾ ਤੇ ਇਸ ਤੋਂ ਬਿਨਾਂ ਰਾਤ ਦੇ ਤਾਪਮਨ ਲਗਭਗ 10-11 ਡਿਗਰੀ ਦੇ ਆਸ-ਪਾਸ ਬਣੇ ਰਹਣਗੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤੇ ਆਉਂਦੇ ਦਿਨਾਂ ਦੇ ਵਿੱਚ ਵੀ 13 ਤੋਂ ਬਾਅਦ 14-15 ਦਸੰਬਰ ਨੂੰ ਵੀ ਮੌਸਮ ਪੰਜਾਬ ਦਾ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਹੀ ਰਹੂਗਾ ਕੋਈ ਵੀ ਬੱਦਲੀ ਸਿਸਟਮ ਫਿਲਹਾਲ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਪੂਰਾ ਜਿਹੜਾ ਉੱਤਰ-ਪੱਛਮੀ ਭਾਰਤ ਦੀ ਗੱਲ ਕਰੀਏ ਜਿਹਦੇ ਵਿੱਚ ਮੈਦਾਨੀ ਭਾਗ ਖਾਸ ਤੌਰ ਤੇ ਬਿਲਕੁਲ ਖੁਸ਼ਕ ਨੇ ਲਗਭਗ ਪਿਛਲੇ ਕਾਫੀ ਹਫ਼ਤਿਆਂ ਤੋਂ ਕੁਝ ਹੱਦ ਤੱਕ ਖੁਸ਼ਕ ਹੀ ਚੱਲਦੇ ਆ ਰਹੇ ਨੇ ਤੇ ਜਿਸ ਦੇ ਚੱਲਦੇ ਹੀ ਕਿਉਂਕਿ ਕੋਈ ਬਰਸਾਤ ਨਹੀਂ ਹੋਈ ਹੈ ਨਮੀ ਦੀ ਮਾਤਰਾ ਨਹੀਂ ਵਧੀ ਹੈ ਤੇ ਧਰਤੀ ਵਿੱਚੋਂ ਜੋ ਬਰਸਾਤ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਗਿੱਲ ਹੁੰਦੀ ਹੈ ਜੋ ਨਵੀਂ ਹਵਾ ਭਾਫ਼ ਬਣ ਕੇ ਉੱਠਦੀ ਹੈ ਜਿਸ ਤੋਂ ਬਾਅਦ ਧੁੰਦ ਦਾ ਮਾਹੌਲ ਪੈਦਾ ਹੁੰਦਾ ਹੈ ਸੋ ਜਿਸ ਕਰਕੇ ਧੁੰਦ ਵੀ ਪੰਜਾਬ ਵਿੱਚ ਫਿਲਹਾਲ ਹਾਲੇ ਨਹੀਂ ਬਣੀ ਹੈ ਸੋ ਜਿਸ ਕਰਕੇ ਦਿਨ ਦੇ ਵੇਲੇ ਚੰਗੀ ਧੁੱਪ ਲੱਗਣ ਕਰਕੇ ਦਿਨ ਵੇਲੇ ਹਲਕੀ ਫੁਲਕੀ ਜਹੀ ਤੇਜ਼ ਧੁੱਪ ਦਾ ਵੀ ਜਿਹੜਾ ਮਹਿਸੂਸ ਆ ਉਹ ਹਾਲੇ ਵੀ ਦਸੰਬਰ ਮਹੀਨੇ ਦੇ ਅੱਧ ਤੱਕ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਠੰਡ ਦਾ ਜੋਰ ਉਦੋਂ ਹੀ ਵੱਧਦਾ ਹੈ ਜਦੋਂ ਦਿਨ ਦੇ ਸਮੇਂ ਲੰਬੇ ਘੰਟਿਆਂ ਤੱਕ ਧੁੰਦ ਪਈ ਰਹਿੰਦੀ ਹੈ ਧੁੱਪ ਨਹੀਂ ਨਿਕਲਦੀ ਤਾਂ ਕੋਲਡ ਡੇ ਵਰਗੇ ਮਾਹੌਲ ਆ ਜਾਂਦਾ ਸ਼ੀਤ ਲਹਿਰ ਵਰਗੇ ਮਾਹੌਲ ਨੇ ਉਹ ਸੂਬਿਆਂ ਦੇ ਵਿੱਚ ਆ ਜਾਂਦੇ ਨੇ ਪਰ ਫਿਲਹਾਲ ਪੰਜਾਬ ਦੇ ਵਿੱਚ ਅਜਿਹੀ ਕੋਈ ਸਥਿਤੀਆਂ ਹੁਣੇ ਦਿਨਾਂ ਵਿੱਚ ਜਾਪਦੀ ਨਹੀਂ ਹੈ ਸੋ ਮੌਸਮ ਖੁਸ਼ਕ ਸਾਫ਼ ਧੁੱਪ ਵਾਲਾ ਬਣਿਆ ਰਹੇਗਾ ਉੱਤਰ ਪੱਛਮੀ ਹਵਾਵਾਂ ਥੜੀਆ ਹਲਕੀ ਮੱਧਮ ਤੇਜ਼ ਰਫ਼ਤਾਰ ਤੇ ਚਲਦੀਆਂ ਰਹਿਣਗੀਆਂ